ਸ਼ਤਸ਼ਰੀਏ ਕਾਲ ਦੋਸਤੋ ਚੈਨਲ ਸਟੱਡੀ ਐਂਡ ਜੋਬਲਰਸ ਦੇਖ ਰਿਹਾ ਹੈ ਸਾਰੇ ਸਰੋਤਿਆਂ ਦਾ ਜੀਨੂ ਜੀ ਲੈ ਕੇ حاضر ਹੋ ਜੀ ਇਸ ਸਮੇਂ ਦੀ ਸਭ ਤੋਂ ਵੱਡੀ ਤੇ ਤਾਜ਼ਾ ਖਬਰ ਬਾਈਕ ਤੋਂ ਬਰੇ ਦਿਨ ਸ਼ਨੀਵਾਰ ਦੀ ਲੋਕਾਂ ਛੁੱਟੀ ਬਾਰੇ ਵੱਡੀ ਖਬਰ ਕੀ ਹੋਵੇਗਾ ਅੰਤਿਮ ਫੈਸਲਾ ਤਾਂ ਪਿਆਰੇ ਦਰਸ਼ਕੋ ਤੁਹਾਨੂੰ ਅੱਗੇ ਵੀ ਇਸ ਖਬਰ ਬਾਰੇ ਪੂਰੀ ਜਾਣਕਾਰੀ ਦੰਨੀ ਆ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੋ ਚਲੋ ਹਾਂ ਸ਼ੁਰੂਆਤ ਕਰਨੇ ਸਵਿਲ ਦੀ ਸਭ ਤੋਂ ਵੱਡੀ ਤੇ ਤਾਜ਼ਾ ਖਬਰ ਵਿੱਚ ਦਿੱਲੀ ਵਿੱਚ ਦਿਵਾਲੀ ਤੋਂ ਪਹਿਲਾਂ ਸ਼ਕਤੀ ਪਟਾਕੇ ਚਲਾਉਣ ਵਾਲੇ ਨੂੰ ਜਾਣਾ ਪੈ ਸਕਦਾ ਹੈ ਜੇਲ ਤਾਂ ਹਾਂਜੀ ਦੋਸਤੋ ਦਿੱਲੀ ਵਿੱਚ ਪਟਾਕਿਆਂ ਦੇ ਪਹਿਲਾਂ ਹੀ ਪਾਬੰਦੀ ਲਾਤੀ ਗਈ ਹੈ ਹੁਣ ਸਰਕਾਰ ਨੇ ਇੱਕ ਹੋਰ ਫਰਮਾਨ ਜਾਰੀ ਕਰਕੇ ਜੁਰਮਾਨੇ ਦਾ ਐਲਾਨ ਵੀ ਕੀਤਾ ਹੈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੱਧਵਾਰ ਨੂੰ ਕਿਹਾ ਹੈ ਕਿ ਦਿੱਲੀ ਵਿੱਚ ਦਿਪਾਲੀ ਤੇ ਪਟਾਕੇ ਚਲਾਉਣ ਤੇ 6 ਮਹੀਨੇ ਦੀ ਜੇਲ ਤੇ 200 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਗੋਪਾਲ ਰਾਏ ਨੇ ਪ੍ਰੈਸ ਕਾਨਫਰੰਸ ਨੂੰ ਸਮੁਤ ਕਰਦੇ ਹੋਏ ਕਿਹਾ ਕਿ ਰਾਜਤਾਨੀ ਬਚੇ ਪਟਾਕਾ ਕਹਿੰਦੇ ਤੋਂ ਪਾਦਨ ਭੰਡਾਰਨ ਤੇ ਵਿਕਰੀ ਤੇ ਵਿਸਪੋਟਕ ਐਕਟ ਦੀ ਧਾਰਾ 9B ਤਹਿਤ ਤਾਂ 5000 ਤੱਕ ਦਾ ਜੁਰਮਾਨਾ ਤੇ 3 ਸਾਲ ਦੀ ਜੇਲ ਹੋਵੇਗੀ ਇਸ ਦੇ ਨਾਲ ਹੀ ਦੋਸਤੋ ਤੁਹਾਡੇ ਅਗੇ ਵੀ ਰਿਕਵੈਸਟ ਹੈ ਕਿ ਤੁਸੀਂ ਵੀ ਦੋਸਤੋ ਗ੍ਰੀਨ ਦੀਵਾਲੀ ਮਨਾਇਓ ਠੀਕ ਹੈ ਜੀ ਪਟਾਕੇ ਘੱਟ ਚਲਾਇਓ ਤਾਂ ਦੋਸਤੋ ਅਗਲੀ ਖਬਰ ਤਾਂ ਦੋਸਤੋ 22 ਅਕਤੂਬਰ ਦਿਨ ਸ਼ਨੀਵਾਰ ਨੂੰ ਛੁੱਟੀ ਵਾਲਾ ਮੁੱਦਾ ਲਗਾਤਾਰ ਹੀ ਭਖਦਾ ਜਾ ਰਿਹਾ ਹੈ 22 ਅਕਤੂਬਰ ਨੂੰ ਇਸ ਮਹੀਨੇ ਦਾ ਚੌਥਾ ਸ਼ਨੀਵਾਰ ਹੈ ਅਤੇ ਸਾਰੇ ਹੀ ਬੱਚਿਆਂ ਵੱਲੋਂ ਲਗਾਤਾਰ ਹੀ ਕਮੈਂਟਸ ਕਰਕੇ ਪੁੱਛਿਆ ਜਾ ਰਿਹਾ ਹੈ ਕਿ ਸਰ ਦੱਸੋ ਕਿ 22 ਅਕਤੂਬਰ ਨੂੰ ਦੀ ਛੁੱਟੀ ਹੋਵੇਗੀ ਜਾਂ ਫਿਰ ਨਹੀਂ ਤਾਂ ਦੋਸਤੋ ਪਹਿਲੀ ਗੱਲ ਕਿ ਇਸ ਦਿਨ ਛੁੱਟੀ ਪੂਰੇ ਪੰਜਾਬ ਦੇ ਸਕੂਲਾਂ ਵਿੱਚ ਨਹੀਂ ਹੋਵੇਗੀ ਦੂਜੀ ਗੱਲ ਕਿ ਸਾਰੇ ਜਿਹੜੇ ਬੈਂਕ ਨੇ ਦੋਸਤੋ ਉਹ ਬੰਦਰ ਰਹਿ ਸਕਦੇ ਨੇ ਹੋ ਸਕਦਾ ਹੈ ਕਿ ਕੁਝ ਕੁ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਆਪਣੇ ਵੱਲੋਂ ਅੱਧੇ ਦਿਨ ਦੀ ਜਾਂ ਫਿਰ ਪੂਰੇ ਦਿਨ ਦੀ ਛੁੱਟੀ ਕੀਤੀ ਜਾਵੇ ਪਰ ਸਰਕਾਰੀ ਸਕੂਲ ਖੁੱਲੇ ਰਹਿਣਗੇ ਇਸ ਤੋਂ ਬਾਅਦ 1 ਅਕਤੂਬਰ ਨੂੰ ਦਾ ਛੁੱਟੀ ਹੋਵੇਗੀ ਹੀ ਕਿਉਂਕਿ ਐਤਵਾਰ ਹੈ ਇਸ ਦਿਨ ਨਾਲ ਹੀ 24 ਤੇ 25 ਅਕਤੂਬਰ ਦੀ ਵੀ ਛੁੱਟੀ ਹੋਵੇਗੀ ਕਿਉਂਕਿ ਇਸ ਦਿਨ ਸਭ ਦਾ ਹਰਮਨ ਪੈਰਾ ਤਿਹਾੜ ਦਿਵਾਲੀ ਅਤੇ ਅਗਲੇ ਦਿਨ ਜਨਕਿ 25 ਅਕਤੂਬਰ ਨੂੰ ਵਿਸ਼ਵ ਕਰਮ ਦੇਵਸ ਹੈ ਦੋ ਦੋਸਤੋ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜੇਕਰ ਤੁਸੀਂ ਵੀ ਇੱਕ ਵਿਦਿਆਰਥੀ ਹੋ ਅਤੇ ਤੁਹਾਡੇ ਸਕੂਲ ਜਾਂ ਸੰਸਥਾ ਵੱਲੋਂ ਵੀ 21 ਅਕਤੂਬਰ ਨੂੰ ਛੁੱਟੀ ਬਾਰੇ ਕੋਈ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਤਾਂ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਭੇਜਣਾ ਜੇਕਰ ਛੁੱਟੀ ਨਹੀਂ ਵੀ ਕੀਤੀ ਗਈ ਤਾਂ ਵੀ ਦੋਸਤੋ ਕਮੈਂਟ ਕਰਨਾ ਨਾ ਭੁੱਲਣਾ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਹੈਵ ਅ ਨਾਈਸ ਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਰੱਬ ਰਾਖਾ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ